ਆਹ ਬੰਦਾ ਬਰਾਮਦ ਕੀਤਾ ਜੀ, ਆਹ ਵੇਖ ਆਹ ਮੁਖਤਾਰ ਸਿੰਘ, ਆਹ ਵੇਖ ਬੰਦਾ ਨਾ ਬਰਾਮਦ ਕੀਤਾ ਇਹਨਾਂ ਦੇ ਘਰੋਂ, ਆਹ ਢਿਮਾਡਾ ਮਾਰ ਰਿਹਾ, ਵੇਖ ਲਓ ਇਹਦਾ ਹਾਲ, ਵੇਖੋ ਆਹ ਬੰਦੇ ਦਾ, ਆਹ ਵੇਖੋ ਇਹਨਾਂ ਦਾ ਹਾਲ, ਆਹ ਬੰਦੇ ਦਾ, ਆਹ ਆਮ ਆਦਮੀ ਪਾਰਟੀ ਦੇ ਵਰਕਰ, ਆਹ ਆਮ ਆਦਮੀ ਪਾਰਟੀ ਦਾ ਇਹਦਾ ਬੰਦਾ ਚੁੱਕ ਕੇ ਦੇਣਾ ਤਾਂ ਪਹਿਲਾਂ ਘਰੋਂ ਲਿਆਂਦਾ, ਆਹ ਸਾਰਾ ਟੱਬਰ ਇੱਥੇ ਆ, ਆਹ ਮੁਖਤਾਰ ਸਿੰਘ ਨੇ ਆਪਣਾ ਮੁੰਡਾ ਘਰੇ ਭਜਾ ਤਾਂ ਅਸੀਂ ਅੱਖੀਂ ਵੇਖਿਆ, ਆਹ ਹਾਲਾਤ ਪੁਲਿਸ ਮੁਲਾਜ਼ਮ ਇੱਥੇ ਨੇ, ਆਹ ਗੱਡੀ ਇੱਥੇ ਆ, ਦੱਸੋ ਜੀ ਦੱਸੋ ਮਾਰਿਆ ਡਾਕਟਰ ਸਾਹਿਬ ਨੇ ਭਾਜਾ, ਕਹਿੰਦਾ ਇਹਦਾ ਮੁੰਡਾ ਭਜਾ, ਮੁੰਡਾ ਉਹ ਵੇਖੋ ਮਰਿਆ ਪਿਆ ਸਾਡਾ, ਜੇ ਉਹਨੂੰ ਕੁਛ ਹੋ ਗਿਆ ਪੁਲਿਸ ਪਰ ਛਾਜਣਾ, ਵੀਡੀਓ ਨਹੀਂ ਬਣਾਉਂਦੇ ਇਹਦੇ, ਜਿਹੜੀ ਆ ਸਾਰੀ ਪੰਜਾਬ ਭਗਵੰਤ ਸਿੰਘ ਮਾਨ ਇਹਦਾ ਜਿਹੜਾ ਵਾ ਗਵਾ ਉਹ ਕਰੂਗਾ, ਮੇਰੇ ਰਾਜ ਦੇ ਵਿੱਚ ਕੀ ਹੋ ਰਿਹਾ, ਬੰਦੇ ਵੇਖ ਲਓ, ਆਹ ਜਹੇਦਾਰ ਮੁਖਤਾਰ ਸਿੰਘ ਆ, ਇਹਦਾ ਪਰਿਵਾਰ ਸਾਰਾ ਖਲੋਤਾ ਇੱਥੇ, ਉਹ ਮੁੰਡਾ ਸਾਹਮਣੇ ਗੇਟ ਦਾ ਸੁੱਟਿਆ, ਪਿੰਡੋਂ ਲਿਆ ਕੇ ਸੁੱਟਿਆ ਇਹਨਾਂ ਦੇ, ਇਹਨੂੰ ਜੇ ਕੁਝ ਹੋ ਗਿਆ ਇਹ ਸਾਰਾ ਟੱਬਰ ਜ਼ਿੰਮੇਵਾਰ ਆ, ਆਹ ਜਿੰਨੇ ਗੇਟ ਤੇ ਖਲੋਤੇ ਨੇ ਉਹ ਭਰਾਵਾ, ਪਿੰਡਾਂ ਦੇ ਵਿੱਚ ਆਹ ਹਾਲਾਤ ਹੋਣਾ ਪਏ ਆ, ਦਿਨਾਂ ਦੁਪਹਿਰੇ ਬੰਦਾ ਚੁੱਕ ਕੇ ਇਹਨਾਂ ਨੇ ਲਿਆਂਦਾ, ਆਹ ਸਾਰੇ ਜਿਹੜੇ ਸਾਡੇ ਵੀਰ ਨੇ ਇੱਥੇ, ਆਹ ਗੱਡੀ ਆ, SSP ਸਾਹਿਬ ਨੂੰ ਗੁਰਦਾਸਪੁਰ ਨੂੰ ਫੋਨ ਕੀਤਾ, ਫੇਰ ਗੱਡੀ ਆਈ ਆ, ਆਹ ਮੁੰਡਾ ਜਿਹੜਾ ਆ ਚੁੱਕ ਕੇ, ਇਹਦੇ ਹਾਲਾਤ ਕੀ ਨੇ, ਆਹ ਮੁਖਤਿਆਰ ਸਿੰਘ ਆ, ਇਹਨਾਂ ਨੇ ਬੰਦਾ ਦਿਨਾਂ ਦੇ ਪਹਿਲੇ ਚੁੱਕਿਆ ਵਾ, ਇਹਨਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਣਾ ਚਾਹੀਦਾ, ਵੇਖੋ ਆ ਕੀ ਬਣ ਰਿਹਾ ਇਹਦੇ ਨਾਲ, ਫੜਕਾਇਆ ਕੁੱਟਿਆ ਬੜਾ ਉਹਨਾਂ ਨੇ, ਇਹਦੇ ਅਸੀਂ ਮੌਕੇ ਮੈਂ ਕਿ ਸਦਾ ਫੜੀ ਜਾ ਰਿਹਾ, ਤੂੰ ਰੈਫਰ ਕਰਾ ਲੈ ਭਾਈ, ਆਹ ਕੋਈ ਬਾਹਰ ਆ ਗਿਆ, ਇੱਧਰ ਲੈ ਆ ਚਾਹ ਫੜ ਲੈ, ਕਹਿੰਦਾ ਫੜ ਮੈਂ ਕੱਟੀ ਮਾਰ ਕੇ ਕਰਾਂ ਤਾਂ ਆਦਾ ਕਰਕੇ। ਇਹ ਵੀਡੀਓ ਜੋ ਤੁਸੀਂ ਵੇਖ ਰਹੇ ਹੋ, ਜਿਸ 'ਚ ਇੱਕ ਵਿਅਕਤੀ ਚੀਕ ਚੀਕ ਕੇ ਕਹਿ ਰਿਹਾ ਕਿ ਉਹਨਾਂ ਦਾ ਮੁੰਡਾ ਮਾਰ ਦਿੱਤਾ, ਇਹ ਇਲਜ਼ਾਮ ਲੱਗੇ ਨੇ ਪਿੰਡ ਦੇ ਐਕਸ ਚੇਅਰਮੈਨ ਦੇ ਬੇਟੇ ਤੇ ਉਸਦੇ ਸਾਥੀਆਂ ਤੇ, ਜਿਨ੍ਹਾਂ ਵੱਲੋਂ ਨੌਜਵਾਨ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੇ ਇਲਜ਼ਾਮ ਲੱਗੇ ਨੇ, ਪਰ ਦੂਜੀ ਧਿਰ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਧਿਰ ਦੇ ਅਜੈਬ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਰੋਧੀ ਧਿਰ ਦੇ ਸਾਬਕਾ ਚੇਅਰਮੈਨ ਦੇ ਪਰਿਵਾਰ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਹਨਾਂ ਦੇ ਪੁੱਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ, ਅਤੇ ਚੈਂਚਲ ਸਿੰਘ ਦੇ ਮੁੰਡਿਆਂ ਤੇ ਪੋਤਿਆਂ ਨੇ ਉਸਦੇ ਬੇਟੇ ਨੂੰ ਘਰ ਤੋਂ ਜ਼ਬਰੀ ਚੁੱਕਿਆ ਤੇ ਉਸਦੇ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪਿੰਡ ਦੇ ਹੀ ਇੱਕ ਕਿਸਾਨ ਆਗੂ ਨੇ ਪੁਲਿਸ ਨੂੰ ਇਸਦੀ ਸਾਰੀ ਜਾਣਕਾਰੀ ਦਿੱਤੀ ਤੇ ਪੁਲਿਸ ਘਟਨਾ ਸਥਾਨ ਤੇ ਮੌਕੇ ਤੇ ਪਹੁੰਚ ਗਈ ਤੇ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਗੁਰਮੀਤ ਸਿੰਘ ਨੂੰ ਰਿਕਵਰ ਕੀਤਾ ਤੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ। ਪੀੜਤ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ, ਪਰ ਦੂਜੇ ਪਾਸੇ ਜਿਸ ਧਿਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਉਸ ਸੰਬੰਧੀ ਜਦੋਂ ਚੈਂਜਲ ਸਿੰਘ ਬਰਗਾੜੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਗੁਰਮੀਤ ਸਿੰਘ ਨਿੱਜੀ ਰੰਜਿਸ਼ ਦੇ ਚੱਲਦਿਆਂ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਲਲਕਾਰੇ ਮਾਰਨ ਲੱਗ ਪਿਆ, ਜਿਸ ਦਾ ਵਿਰੋਧ ਕਰਨ ਤੇ ਉਸਦੇ ਪਰਿਵਾਰ ਦੀ ਗੁਰਮੀਤ ਸਿੰਘ ਨਾਲ ਝੜਪ ਹੋ ਗਈ, ਅਤੇ ਗੁਰਮੀਤ ਸਿੰਘ ਤੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਹ ਉਹਨਾਂ ਨੂੰ ਪਿਛਲੇ 2 ਸਾਲਾਂ ਤੋਂ ਪਰੇਸ਼ਾਨ ਕਰ ਰਿਹਾ ਸੀ ਤੇ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਸੀ। ਹਾਲਾਂਕਿ ਪੁਲਿਸ ਨੂੰ ਇਸ ਖਿਲਾਫ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮਸਲਾ ਕੀ, ਛੋਕੀ ਦੁਕਾਨ ਵਾਲਾ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸਾਡੇ ਮਹੱਲੇ 'ਚ ਦੋਨੋਂ ਭਰਾ ਬੈਠੇ ਸੀ ਤੇ ਮੈਂ ਇਹਨਾਂ ਦੇ ਕੋਲੋਂ ਲੰਘ ਕੇ ਗਿਆ ਪੈਲੀ 'ਚ, ਇਹ 8 ਜਣੇ ਆਏ ਨੇ, ਇਹਨਾਂ ਨੇ ਲੜਕੇ ਚੋਂ ਪਹਿਲਾਂ ਭਰੀ ਜਿੰਦ ਨੂੰ ਧੱਕੇ ਮਾਰ ਕੇ ਤੇ ਉੱਥੇ ਸੁੱਟ ਗਏ ਨੇ, ਉਹਦੇ ਵਾਲ ਵੂਲ ਖੋ ਕੇ ਪਰਨਾ ਵੀ ਲਾ ਕੇ ਲੈ ਗਏ। ਸਾਨੂੰ ਜੋ ਪਤਾ ਲੱਗਾ ਸੀ ਇਹ ਮੇਰੇ ਕੋਲ ਤਾਂ ਸਾਈਕਲ ਸੀ, ਮੈਂ ਸੁੱਟਦਾ ਉੱਥੇ ਸਾਈਕਲ ਜੀ ਵੀ ਖਦੋਤਾ ਗੁਰਦੁਆਰੇ, ਅਤੇ ਮੈਂ ਮੋਟਰਸਾਈਕਲ 'ਤੇ ਇਹਨਾਂ ਦੇ ਡੇਰੇ ਗਏ, ਅੱਗੋਂ ਗਾਲਾਂ ਕੱਢੀਆਂ, ਕਹਿੰਦੇ ਜੋ ਅਸੀਂ ਕਰਨਾ ਅਸੀਂ ਦਿਆ ਕਰ, ਊਂ ਜਿੱਥੇ ਭੱਜਣਾ ਭੱਜ ਲਈ, ਅਸੀਂ ਨਹੀਂ ਬਖਸ਼ਣਾ ਤੁਹਾਨੂੰ ਅਤੇ ਨਾ ਤੁਹਾਨੂੰ ਅੰਦਰ ਆਉਂਦਾ। ਝੂਠੀ ਕਹਿੰਦੇ ਸਾਡੀਆਂ ਵੀਡੀਓ ਵਾਇਰਲ ਕਰਦਾ, ਫਲਾਣ ਕਰਦਾ, ਦੂਜਾ ਵੀਡੀਓ ਵਾਇਰਲ ਇਹ ਕੀਤੀ, ਸਾਡਾ ਕਿਸੇ ਨਾਲ ਪੈਸੇ ਦਾ ਲੈਣ ਦੇਣ ਸੀ, ਅਤੇ ਇਹ ਬੰਦਾ ਆਣ ਕੇ ਇਹਨਾਂ ਦਾ ਵੀ ਵਿੱਚ ਖੜਾ ਸੀ ਚੈਂਚਲ ਸਿੰਘ, ਅਤੇ ਇਹਨੇ ਫਿਰ ਚੈਂਚਲ ਦੀ ਵੀਡੀਓ ਵਾਇਰਲ ਕੀਤੀ, ਇਹਦਾ ਮੇਰੇ ਨਾਲ ਦੇਣ ਲੈਣ ਕੋਈ ਨਹੀਂ, ਨਾ ਮੈਂ ਉਹਦੇ ਮੇਰਾ ਨਾ ਕੋਈ ਸਾਡਾ ਸੱਜੇ ਖੱਬੇ ਉਹ ਨਾ ਕੋਈ ਰਿਸ਼ਤੇਦਾਰ ਹੈ। ਇਸ ਕਰਕੇ ਇਸ ਆਦਮੀ ਨੇ ਕੀ ਕੀਤਾ ਵੀ ਇਹਦੇ ਮੁੰਡਿਆਂ ਨੇ ਚੁੱਕ ਕੇ ਵੀ ਇਹਨੂੰ
ਲੈ ਕੇ ਵੀ ਸਾਡੀ ਚੇਅਰਮੈਨ ਸਾਹਿਬ ਦੀ ਸਾਬਕਾ ਦੀ ਭੰਡਣੀ ਕਿਉਂ ਕੀਤੀ, ਜਦਕਿ ਸਾਡਾ ਇੰਨਾ ਕੋਈ ਲੈਣ ਦੇਣ ਨਹੀਂ ਗਾ, ਨਾ ਇਹ ਸਾਡਾ ਪ੍ਰਮੋਦ ਵੀਰ ਨਾ ਕੋਈ ਸਾਡਾ, ਜਦਕਿ ਉਹ ਜਦੋਂ ਆਇਆ ਉੱਥੇ ਸਾਡੇ ਪਿੰਡ ਦਾ ਸਰਪੰਚ ਸਾਹਿਬ ਠਾਕੁਰ ਬਲਰਾਜ ਸਿੰਘ ਉੱਥੇ ਸੀ, ਕੋਈ ਗੱਲ ਨਹੀਂ। ਪਰ ਇਹ ਕੀ ਹੈ, ਇਹ ਜਿੱਥੇ ਕਿੱਥੇ ਵੀ ਕੋਈ ਮਸਲਾ ਹੋਇਆ ਚਾਹੇ ਕਿਸੇ ਵੀ ਮੁੱਦੇ 'ਤੇ ਹੋਇਆ, ਇਹ ਨਾਲ ਖੜਾ ਹੁੰਦਾ ਹੈ ਖਿਲਾਫ ਦੇ। ਔਰ ਇਹ ਸ਼ੁਰੂ ਤੋਂ ਹੀ ਵੀ ਜਦੋਂ ਖਿਲਾਫ ਹੈ, ਜੋ ਪਤਾ ਖਿਲਾਫ ਹੈ ਤਾਂ ਸਾਡਾ ਕਿਸੇ ਨਾਲ ਚੱਲਦਾ ਮਸਲਾ, ਇਹ ਵਿੱਚ ਆਉਂਦਾ ਇਹਨੂੰ ਕੀ ਮਤਲਬ ਸੀ। ਉਸ ਤੋਂ ਬਾਅਦ ਕੀ ਹੈ ਵੀ ਜੇ ਉਹ ਕੋਈ ਲਫ਼ਜ਼ ਬੋਲਿਆ ਅਤੇ ਪਿੰਡ ਦੇ ਵਿੱਚ ਪਹਿਲੀ ਗੱਲ ਤਾਂ ਪੰਚਾਇਤਾਂ ਹੁੰਦੀਆਂ ਜਾਂ ਫਿਰ ਥਾਣੇ ਹੁੰਦੇ, ਦਰਖਾਸਤ ਦਿੰਦੇ ਉਹ 'ਤੇ, ਅਤੇ ਗੱਲ ਦਾ ਪਤਾ ਲੱਗ ਜਾਂਦਾ ਕੀ ਸੱਚਾਈ ਹੈ ਕੀ ਝੂਠ ਹੈ। ਇਹਨਾਂ ਨੇ ਕੀਤਾ ਸਤਾਠਾਂ, ਜਿਹਨਾਂ ਨੇ ਹਾਕੀਆਂ ਡੰਡੇ ਕਿਰਪਾਨਾਂ, ਇਹਨਾਂ ਕੋਲ ਜੋ ਵੀ ਹੈ ਸੀ, ਕਿਰਚ ਵੀ ਸੀ ਕੋਲ, ਅਸੀਂ ਸਾਹਮਣੇ ਮੈਂ ਘਰ ਗਿਆ ਤਾਂ ਮੇਰੇ ਸਾਹਮਣੇ ਮਾਰਿਆ ਨਾ, ਠੀਕ ਉਹਨੂੰ ਬੇਇੱਜ਼ਤ ਕਰਕੇ। ਕਿੰਨਾ ਕੁ ਕੁੱਟਿਆ ਮੁੰਡੇ ਨੂੰ? ਨੰਗਾ ਕਰਕੇ ਫਿਰ ਉਹਦੇ ਸਾਰੇ ਸਰੀਰ 'ਤੇ ਲੱਤਾਂ ਬਾਹਾਂ ਟੁੱਟੀਆਂ, ਸਿਰ 'ਤੇ ਵੇਖੋ ਨਿਸ਼ਾਨ, ਵੀ ਆਪਣੇ ਤੋਂ ਤਾਂ ਮਾਰਤਾ ਪੂਰਾ, ਠੀਕ ਜਦ ਨੂੰ ਮਾਰਿਆ ਉਹ ਨਾ ਸੀ ਇੰਨੇ ਮਗਰ ਭੱਜ ਕੇ ਪਹੁੰਚਦੇ ਤਾਂ ਉਹਨਾਂ ਬਿਲਕੁਲ ਖਤਮ ਕਰਕੇ, ਹੋ ਸਕਦਾ ਕਮਾਦੇ ਕਮੂਦੇ ਸੁੱਟ ਦਿੰਦੇ। ਅਤੇ ਸਾਡੇ ਹੱਥ ਜੋੜਨ 'ਤੇ ਰਿਕੁਐਸਟ ਕਰਨ 'ਤੇ ਵੀ ਇਹਨਾਂ ਨੇ ਨਹੀਂ ਕਈ ਉਹਨੂੰ ਛੱਡਿਆ, ਨਾ ਕਿਹਾ ਚਾਚੇ ਸਾਡੇ ਸਿਆਣੇ ਬੰਦੇ ਆ, ਉਹਨਾਂ ਨੂੰ ਕਿਹਾ ਤੁਸੀਂ ਇਹ ਕੰਮ ਨਾ ਕਰੋ, ਵੀ ਤੁਹਾਡੇ ਵਾਸਤੇ ਦਿਨ ਦਿਨੀ ਇਹ ਕੰਮ ਕਰਨਾ ਬਹੁਤ ਗਲਤ ਹੈ। ਪਰ ਉਹ ਨਹੀਂ ਬਾਜ ਆਏ, ਜਦਕਿ ਉਹਨਾਂ ਚੇਅਰਮੈਨ ਦਾ ਛੋਟਾ ਭਰਾ ਜਿਹੜਾ ਸਰਪੰਚ ਹੈ ਮੰਗਲ ਸਿੰਘ, ਉਹ ਵੀ ਉੱਥੇ ਖੜਾ, ਉਹਨੇ ਵੀ ਕਿਹਾ, ਪਰ ਉਹਦੇ ਕਹੇ 'ਤੇ ਵੀ ਗੇਟ ਨਹੀਂ ਖੋਲ੍ਹਿਆ ਉਹਨੂੰ, ਉਹਨਾਂ ਕਹਿੰਦਾ ਅਸੀਂ ਜੋ ਅੱਜ ਕਰਨਾ ਮਾਨਾ ਜੀ ਕਰ ਲਈਏ ਔਰ ਹੋਰ ਵੀ ਕਰਨੀ ਅਤੇ ਗਾਂ ਵੀ। ਅਤੇ ਮੁਲਾਜ਼ਮ ਮੌਕੇ 'ਤੇ ਪਹੁੰਚੇ, ਉੱਥੇ ਬਾਅਦ 'ਚ ਪਹੁੰਚੇ, ਠੀਕ ਹੈ ਬਾਅਦ 'ਚ ਪਹੁੰਚੇ ਨੇ ਮੁਲਾਜ਼ਮਾਂ ਨੇ, ਮੈਨੂੰ ਇੱਧਰੋਂ ਫੋਨ ਆਇਆ ਤਾਂ ਮੈਂ ਇੱਥੇ ਭੱਜਿਆ, ਮੈਂ ਸਲਾਹ ਦਿੰਦਾ ਥਾਣੇ ਜਾ ਕੇ, ਮੁਲਾਜ਼ਮ ਪਹੁੰਚੇ, ਮੁਲਾਜ਼ਮਾਂ ਨੂੰ ਲੈ ਕੇ ਆਉਂਦਾ ਇੱਥੇ ਤੱਕ, ਉਹ ਬੰਦੇ ਨਹੀਂ ਇੱਥੇ ਆਏ। ਧੰਨਵਾਦ। ਮੇਰਾ ਨਾਮ ਸੁਖਿੰਦਰ ਸਿੰਘ ਆ ਜੀ, ਅਸੀਂ ਅੱਜ ਆਪਣੇ ਤਾਂ ਪਿੰਡ ਦੇ ਦੁਕਾਨ 'ਤੇ ਬੈਠੇ ਜਿੱਥੇ ਅਕਸਰ ਰੋਜ਼ ਪੈਂਦੇ ਹਾਂ, ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਅਤੇ ਅੱਜ ਇਹਨਾਂ ਨੇ ਆਣ ਕੇ ਗੱਡੀ ਦੇ ਵਿੱਚ ਚਾਰ ਜਣੇ, ਇਹ ਚਾਰ ਜਣੇ ਮੋਟਰਸਾਈਕਲਾਂ 'ਤੇ ਆਏ ਆ, ਇਹਨਾਂ ਨੇ ਆਣ ਕੇ ਸਾਡੇ ਹੱਥੀਂ ਬਹਿ ਆ, ਗੁਰਮੀਤ ਸਿੰਘ ਨੂੰ ਚੁੱਕ ਲਿਆ, ਗੱਡੀ 'ਚ ਸੁੱਟ ਲਿਆ, ਅਤੇ ਬਾਅਦ ਮੇਰੇ ਵੀ ਇਹਨਾਂ ਨੇ ਮਾਰੇ ਆ, ਹੱਥ ਦੇ ਵੀ ਮਾਰੇ, ਇੱਥੇ ਬੇਦਵਾਲ ਵਾਲ ਵੀ ਪੁੱਟੇ, ਪਰਨਾ ਵੀ ਲਾਇਆ, ਪਰਨਾ ਅਜੇ ਤੱਕ ਉਹਨਾਂ ਦੀ ਗੱਡੀ 'ਚ ਹੀ ਆ, ਉਹ ਵੀ ਚੁੱਕ ਕੇ ਲੈ ਗਏ ਆ, ਅਤੇ ਬਹੁਤ ਬੁਰੀ ਹਾਲਤ ਨਾਲ ਉਹਨੂੰ ਕੁੱਟਿਆ ਅਤੇ ਨਾਲ ਮੈਨੂੰ ਵੀ ਕੁੱਟਿਆ ਇਹਨਾਂ ਨੇ। ਕੀ ਮਸਲਾ ਕੀ ਸੀਗਾ? ਮਸਲਾ ਪਤਾ ਨਹੀਂ ਕੀ ਹੈ, ਮੈਨੂੰ ਅਜੇ ਤੱਕ ਪਤਾ ਨਹੀਂ ਆ, ਪਰ ਇਹਨਾਂ ਨੇ ਆਉਂਦੇ ਹੋਏ ਕੁੱਟਣਾ ਸਟਾਰਟ ਕਰਤਾ। ਟੋਟਲ ਕਿੰਨੇ ਬੰਦੇ ਸੀਗੇ? 8 ਜਣੇ ਸੀ। ਕੌਣ ਕੌਣ ਸੀਗੇ? ਮੈਂ ਉਹਨਾਂ ਦੇ ਪਰਿਵਾਰ ਦੇ ਚਾਰ ਬੰਦਿਆਂ ਨੂੰ ਜਾਣਦਾ, ਬਸ ਹੋਰ ਗਏ ਇਹਨਾਂ ਨੂੰ ਚਾਰ ਓਪਰੇ ਬੰਦੇ ਸੀ। ਹਾਂਜੀ ਸਰਪੰਚ ਸਾਹਿਬ, ਜਿੱਲੇ ਤੁਸੀਂ ਮੌਕੇ 'ਤੇ ਪਹੁੰਚੇ ਹੋ ਤਾਂ ਕੀ ਮਸਲਾ ਸੀਗਾ? ਅਤੇ ਗੱਲ ਇੱਦਾਂ ਹੈ ਕਿ ਬਹੁਤ ਹੀ ਇੱਕ ਨਿੰਦਰਯੋਗ ਗੱਲ ਹੈ ਜੋ ਅੱਜ ਇਹ ਕੰਮ ਹੋਇਆ, ਇਹ ਕੰਮ ਵੈਸੇ ਨਹੀਂ ਹੋਣਾ ਚਾਹੀਦਾ ਸਾਡੇ ਦੇਸ਼ ਦੇ ਵਿੱਚ, ਕਿਉਂਕਿ ਗੱਲ ਕੀ ਹੋਈ ਆ ਵੀ ਜਦੋਂ ਇਹ ਚੁੱਕ ਕੇ ਲੈ ਗਏ, ਇਹਨਾਂ ਦੇ ਦੱਸਣ ਮੁਤਾਬਕ ਜੋ ਗੇਮ ਬਣੀ ਆ, ਚਲੋ ਮੁੰਡੇ ਨੂੰ ਚੁੱਕ ਕੇ ਲੈ ਗਏ ਆਪਣੇ ਘਰ ਲੈ ਗਏ ਜੀ, ਜਦੋਂ ਅਸੀਂ ਗਏ ਹਾਂ ਮੌਕੇ 'ਤੇ, ਇਹਨਾਂ ਦੇ ਘਰ ਦੇ ਬੰਦੇ ਸਾਡੇ ਜਾਣ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਸੀ, ਅਤੇ ਉਹਨਾਂ ਨੂੰ ਵੀ ਮਤਲਬ ਕਿ ਘਰ ਨਹੀਂ ਸੀ ਵੜਨ ਦਿੱਤਾ ਜਾ ਰਿਹਾ, ਮੁੰਡਾ ਆਉਂਦਾ ਸੀ, ਅਤੇ ਇਹ ਹਾਰ ਕੇ ਫਿਰ ਮੈਨੂੰ ਫੋਨ ਕੀਤਾ ਇਹਨਾਂ ਨੇ ਵੀ ਆਇਆ ਗੱਲ ਹੋ ਗਈ ਆ, ਅਤੇ ਅਸੀਂ ਇੱਥੇ ਘਰ ਆਏ, ਤੁਸੀਂ ਵੀ ਆਓ। ਚਲੋ ਅਸੀਂ ਵੀ ਕਿਤੇ ਕੰਮ ਗਏ ਸੀ, ਮੈਂ ਕਿਹਾ ਚਲੋ ਮੈਂ ਵੀ ਆ ਗਿਆ, ਚਲੋ 10-15 ਮਿੰਟ ਦੇ ਬਾਅਦ 'ਚ ਅਸੀਂ ਵੀ ਉੱਥੇ ਪਹੁੰਚ ਗਏ ਹਾਂ। ਜਦੋਂ ਅਸੀਂ ਗਏ ਹਾਂ ਉੱਥੇ, ਸਾਡੇ ਜਾਣ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ, ਮੁੰਡਾ ਜਿਹੜਾ ਅੰਦਰੋਂ ਚੁੱਕ ਕੇ ਅਤੇ ਪੁਲਿਸ ਨੇ ਬਾਹਰ ਲਿਆਂਦਾ, ਨਾਲ ਜਦੋਂ ਸਾਡੇ ਬੰਦੇ ਲੱਗੇ, ਫਿਰ ਅਸੀਂ ਚੁੱਕ ਕੇ ਮੁੰਡਾ ਗੱਡੀ 'ਚ ਪਾ ਕੇ ਅਤੇ ਭੈਣੀ ਮੈਂ ਹਸਪਤਾਲ ਲੈ ਕੇ ਆਇਆ। ਹੁਣ ਮੁੰਡੇ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਆ, ਅਤੇ ਬਾਕੀ ਇਹ ਮਤਲਬ ਇਹ ਆ ਵੀ ਜਿੱਦਾਂ ਹੁਣ ਦੱਸ ਰਹੇ ਵੀ 8 ਬੰਦੇ ਸੀ ਉਹ, ਅਤੇ ਇੱਕ ਫਿਲਮੀ ਸਟਾਈਲ ਵਾਲਾ ਕੰਮ ਬਣਿਆ ਜੀ ਅੱਜ। ਸਾਨੂੰ ਤਾਂ ਫੋਨ ਹੀ ਆਇਆ, ਪਹਿਲਾਂ ਸਾਨੂੰ ਮਸਲੇ ਕਿਸੇ ਦੇ ਨਾਲ ਸੀਗਾ, ਪਤਾ ਤਾਂ ਕੀ ਹੋਇਆ, ਫੋਨ ਆਇਆ ਵੀ ਚੈਨਲ ਸਿੰਘ ਪ੍ਰਕਾਸ਼ ਸਿੰਘ ਦੇ ਜਿਹੜੇ ਘਰੋਂ ਆ ਮੁੰਡੇ, ਉਹਨਾਂ ਦੇ ਨਾਲ ਬਾਹਰੋਂ ਦੇ ਜਿਹੜੇ ਮੁੰਡੇ ਮੰਗਾਏ ਸੀ, ਉਹ ਲਗਭਗ 8-10 ਜਣੇ ਸੀ, ਉਹ ਚੁੱਕ ਕੇ ਇਸ ਮੁੰਡਾ ਜਿਹੜਾ ਸਾਡੇ ਮਗੜੀ ਸੁੱਤਾ ਸੀ ਉਹਨੂੰ ਘਰੇ ਲੈ ਗਏ ਆ, ਘਰੇ ਜਾ ਕੇ ਬਹੁਤ ਜ਼ਿਆਦਾ ਖਤਮਾ ਉਹਨਾਂ ਕੀਤੀ ਆ, ਲਗਭਗ ਘੰਟਾ ਡੇਢ ਘੰਟਾ ਅੰਦਰ ਬੰਦੀ ਬਣਾ ਕੇ ਰੱਖਿਆ। ਅਤੇ ਇਹ ਜਦੋਂ ਸਾਨੂੰ ਪਤਾ ਲੱਗਾ, ਜਥੇਬੰਦੀ ਨੂੰ ਪਤਾ ਲੱਗਾ ਇਹ ਗੱਲ ਦਾ, ਵੀ ਸਾਡੇ ਹੀ ਪਿੰਡ ਦੇ ਵਿੱਚ ਇੱਕ ਸੱਤਾ ਅਤੇ 10 ਜਣਾ ਲੀਡਰ ਆ, ਉਹ ਇੰਨੀ ਗੁੱਸਾਗਰਦੀ ਕਰ ਰਿਹਾ, ਅਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਇਆ ਐਸ ਐਸ ਪੀ ਸਾਹਿਬ ਗੁਰਦਾਸਪੁਰ ਨੂੰ ਫੋਨ ਕੀਤਾ, ਅਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡਾ ਇਹਦਾ ਬੰਦਾ ਚੁੱਕ ਕੇ ਜਿਹੜਾ ਵਾ ਕੋਈ ਆਪਣੇ ਘਰੇ ਲੈ ਗਿਆ ਵਾ, ਉਹਦੀ ਜਾਨ ਮਾਲ ਦੀ ਰਾਖੀ ਜਿਹੜੀ ਆ ਉਹ ਸਰਕਾਰ ਕਰੇ ਅਤੇ ਉਸ ਪ੍ਰਸ਼ਾਸਨ ਕਰੇ। ਐਸ ਐਸ ਪੀ ਸਾਹਿਬ ਦੇ ਉਸੇ ਵੇਲੇ ਐਕਸ਼ਨ ਲੈਂਦਿਆਂ
ਜਿਹੜੀ ਗੱਡੀ ਹੈ ਪੁਲਿਸ ਵਾਲਿਆਂ ਦੀ ਉਹ ਚੈਨਲ ਸਾਹਿਬ ਦੇ ਘਰੇ ਪਹੁੰਚੀ ਆ, ਉੱਥੇ ਜਿਹੜਾ ਬੰਦਾ ਉਹਨਾਂ ਸਾਡਾ ਉਹਨੂੰ ਬਰਾਮਦ ਕੀਤਾ। ਜਦੋਂ ਅਸੀਂ ਗਏ ਆ ਜਥੇਬੰਦੀ ਦੇ ਤੌਰ ਦੇ ਉੱਤੇ ਉੱਥੇ ਉਹਨਾਂ ਦੇ ਘਰੇ ਵੇਖਣ ਵਾਸਤੇ ਵੀ ਕੀ ਗੱਲ ਹੋਈ ਆ, ਉਹ ਸਾਰੇ ਸਾਰਾ ਪਰਿਵਾਰ ਸਾਡੇ ਵੀ ਗੱਲ ਪੈ ਗਿਆ। ਇਹ ਮਤਲਬ ਸਾਨੂੰ ਮਾਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਆ, ਸਾਡੇ ਨਾਲ ਸਾਡੇ ਸਰਪੰਚ ਸਾਹਿਬ ਦੇ ਮੋਹਤਬਰ ਸਾਰੇ ਨੇ, ਮਤਲਬ ਇੰਨਾ ਮਤਲਬ ਉਹਨਾਂ ਤਸ਼ੱਦਦ ਦਾ ਇਸ ਮੁੰਡੇ ਤੋਂ ਗੱਲ ਕਰਨ ਵਾਲੀ ਦੀ ਖੌਫ ਜਿਹੜਾ ਵਾ ਇਹਨਾਂ ਦਾ ਇੰਨਾ ਵਾ ਇਸ ਇਲਾਕੇ ਦੇ ਵਿੱਚ ਵੀ ਕੋਈ ਗੱਲ ਕਰਨ ਵਾਲੀ ਨਹੀਂ। ਮੈਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਕੁੱਟ ਰਹੇ ਸੀਗੇ ਜਿਹੜੇ ਉਹ ਤਾਂ ਜਿਹੜਾ ਦੇ ਸਾਹਮਣੇ ਹੋਈ ਆ ਗੱਲ, ਜਦੋਂ ਚੁੱਕੇ ਮੁੰਡੇ ਖੜਿਆ ਅੱਠ ਮੁੰਡੇ ਸੀ, ਅੱਠੋਂ ਦਸ ਮੁੰਡੇ ਸੀਗੇ, ਜਦੋਂ ਉਹਨੂੰ ਮੁੰਡੇ ਨੂੰ ਚੁੱਕੇ ਖੜਿਆ ਨਾਲ ਸਾਡਾ ਵੀਰ ਵੀ ਉਹਦੇ ਨਾਲ ਸੀ, ਇਹਨੂੰ ਨਾਲ ਚੁੱਕੇ ਲੱਗ ਗਿਆ ਅਤੇ ਘਰ ਜਦੋਂ ਛਡਾਇਆ ਵਾਪਾ ਉਦੋਂ ਲਗਭਗ 40-50 ਜਿਹੜੇ ਸੀ ਆਪਣੇ ਪਿੰਡ ਦੇ ਮੋਹਤਬਰ ਸੀਗੇ ਉਹ ਨਾਲ ਸੀਗੇ। ਅਤੇ ਮੈਂ ਨਾ ਵੀ ਇੰਨਾ ਜ਼ਾਲਮਾਨਾ ਰਵੱਈਆ ਜਿਹੜਾ ਵਾ ਉਹ ਨਹੀਂ ਇਹਨਾਂ ਨੂੰ ਅਖਤਿਆਰ ਕਰਨਾ ਚਾਹੀਦਾ। ਜੇ ਕੋਈ ਉਹਨਾਂ ਦਾ ਮਸਲਾ ਆਪਣੇ ਨਿੱਜੀ ਘਰ ਦਾ ਹੈਗਾ ਤਾਂ ਪਰਿਆ ਪੰਚਾਇਤ ਹੁੰਦੀ ਆ, ਥਾਣਾ ਹੁੰਦਾ ਵਾ ਕਿ ਦਰਖਾਸਤ ਦਿੱਤੀ ਜਾ ਸਕਦੀ ਆ ਵੀ ਸਾਡਾ ਜਿਹੜਾ ਵਾ ਇਸ ਗੱਲੋਂ ਕਲੈਸ਼ ਆ, ਇਹਦਾ ਕੰਪਰੋਮਾਈਜ਼ ਕਰਾਇਆ ਜਾਵੇ। ਪਰ ਇੰਨਾ ਸ਼ਰਮ ਜਿਹੜੇ ਪਹਿਰੇ ਬੰਦਾ ਚੁੱਕ ਕੇ ਘਰ ਲੈ ਜਾਣਾ, ਉਹਨੂੰ ਇੰਨੀ ਬੁਰੀ ਤਰ੍ਹਾਂ ਕੁੱਟਣਾ, ਅਤੇ ਅਜੇ ਵੀ ਹਾਲਾਤ ਜਿਹੜੀ ਆ ਉਹਦੀ ਸਥਿਰ ਨੀਗੀ, ਨਾ ਉਹ ਬਿਆਨ ਦੇਣ ਦੇ ਸਮਰੱਥ ਆ। ਅਸੀਂ ਹੁਣ ਜਦੋਂ ਉਹਨੂੰ ਹੋਸ਼ ਦੇ ਵਿੱਚ ਆਊਗਾ ਅਤੇ ਫਿਰ ਉਹਨੂੰ ਗੱਲਬਾਤ ਪੁੱਛਾਂ ਵੀ ਗੱਲਬਾਤ ਕੀ ਹੋਈ ਆ। ਪਰ ਜਿਹੜਾ ਅੱਜ ਜਿਹੜੀ ਹੋਈ ਆ, ਅੱਜ ਨਜਾਇਜ਼ ਜਿਹੜੀ ਆ ਇਸ ਆਮ ਆਦਮੀ ਪਾਰਟੀ ਦੇ ਜਿਹੜੇ ਬੜੇ ਵੱਡੇ ਵਰਕਰ ਨੇ ਜਦੋਂ ਸਾਡੇ ਪਿੰਡ ਬਾਗੜੀਆਂ ਤੋਂ, ਉਹਨਾਂ ਬਹੁਤ ਜ਼ਿਆਦਾ ਜ਼ੁਲਮ ਇਹਨਾਂ 'ਤੇ ਕੀਤਾ, ਇਹ ਨਿੰਦਣਯੋਗ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ 2 ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਅਤੇ ਆਡੀਓ ਪਾਉਣ ਡਿਆ। ਅਸੀਂ ਤਾਂ ਬੱਚਿਆਂ ਨੂੰ ਵੀ ਅਤੇ ਆਪ ਵੀ ਸਮਝਾ ਕੇ ਰੱਖਿਆ, 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇਸ ਪਿੰਡ ਦੇ ਵਿੱਚ, ਕਦੇ ਕੋਈ ਸਾਡੇ ਖਿਲਾਫ ਕੋਈ FIR ਕੋਈ ਦਰਖਾਸਤ ਜਾਂ ਦਿੱਤੀ ਹੋਵੇ, ਜਾਂ ਸਾਡੇ ਵੱਲੋਂ ਗਈ ਹੋਵੇ ਜਾਂ ਉਹਨਾਂ ਵੱਲੋਂ ਗਈ ਹੋਵੇ, ਕੋਈ ਨਹੀਂ ਗਈ। ਇਹ ਜੇ ਮਤਲਬ ਇਹਨਾਂ ਨੇ ਜਿਹੜੇ ਆਰੋਪ ਲਾਇਆ ਬਿਲਕੁਲ ਬੇਬੁਨਿਆਦ ਨੇ। ਉੱਥੇ ਵੱਸਦਾ ਘਰ ਵਾ, ਉੱਥੇ ਦੁਕਾਨਾਂ ਨੇ, ਉੱਥੇ ਘਰ ਨੇ, ਸਾਰਾ ਕੋਈ ਆਉਣ ਜਾਣ ਸੜਕਾਂ ਵਗਦੀਆਂ ਨੇ, ਇੱਕ ਭੈਣੀ ਕੁੰਡੇ ਵੱਲੋਂ ਆਉਂਦੀ ਆ, ਇੱਕ ਮੁੱਲਾਂਵਾਲ ਵੱਲੋਂ ਆਉਂਦੀ ਆ, ਸਾਰੇ ਉੱਥੇ ਮੇਲ ਮਿਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ। ਉੱਥੋਂ ਦੱਸੋ ਤੁਸੀਂ ਬੰਦਾ ਕੋਈ ਕਿਸੇ ਨੂੰ ਚੁੱਕ ਕੇ ਕੋਈ ਖੜ ਸਕਦਾ? ਇਹ ਬਿਲਕੁਲ ਬੇਬੁਨਿਆਦ ਆ ਅਤੇ ਬਿਲਕੁਲ ਝੂਠੇ ਆਰੋਪ ਨੇ। ਉਹ ਸਾਡੇ ਘਰ ਗਿਆ, ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਵੀ ਅੱਗੇ ਅਤੇ ਮੁੰਡ ਤੇਰੇ ਨਾਲ ਤੇਰੇ ਪਿਓ ਨਾਲ ਕੀਤਾ, ਹੁਣ ਤੇਰੇ ਨਾਲ ਵੀ ਕਰਕੇ ਦੱਸਦੇ ਹਾਂ ਤੈਨੂੰ। ਅਤੇ ਫਿਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜੇ ਆ, ਕਿਸੇ ਨੂੰ ਕੋਈ ਮਾਰਨ ਦੀ ਕਿਸੇ ਦੀ ਕੋਈ ਮਾਰਨ ਦੀ ਮਨਸ਼ਾ ਨਹੀਂ, ਕਿਸੇ ਦੀ ਕੋਈ ਗੱਲ ਨਹੀਂ। ਦੂਜੀ ਗੱਲ ਇਹ ਵੀ ਅਸੀਂ ਇਹਦੇ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ, SHO ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ, ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ। ਜੇ ਇਹ ਕਾਰਵਾਈ ਕਰ ਲੈਂਦੇ ਅਤੇ ਸਾਡੇ ਇਹ ਚੜ੍ਹਾਈ ਲੜਾਈ ਤੋਂ ਝਗੜੇ ਤੋਂ ਅਸੀਂ ਬਚ ਜਾਣਾ ਸੀ। ਪੁਰਾਣੀ ਰੰਜਸ਼ ਸਾਡੀ ਕੋਈ ਨਹੀਂ, ਸਾਡਾ ਕੋਈ ਵੱਟ ਨਹੀਂ, ਬੰਨਾ ਨਹੀਂ ਇਹਦੇ ਨਾਲ, ਕੋਈ ਸਾਂਝਾ ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸਾਡੀ ਇਹਦੇ ਨਾਲ। ਸਿਰਫ ਇਹ ਵੀਡੀਓ ਅਤੇ ਆਡੀਓ ਸਾਡੇ ਖਿਲਾਫ਼ ਪਾਈ ਜਾਂਦਾ, ਜਿਸ ਤਰ੍ਹਾਂ ਕੋਈ ਬੰਦੇ ਦੇ ਨਾਲ ਅਸੀਂ ਚਲੇ ਗਏ ਅਤੇ ਅਸੀਂ ਭਾਵੇਂ ਗੱਲ ਕੀਤੀ ਜਾਂ ਨਹੀਂ ਕੀਤੀ, ਇਹਨੇ ਸਾਡੇ ਖਿਲਾਫ਼ ਉਸੇ ਵੇਲੇ ਆਡੀਓ ਪਾ ਦੇਣੀ ਹੈ, ਵੀਡੀਓ ਪਾ ਦੇਣੀ ਹੈ। 2 ਸਾਲ ਹੋ ਗਏ ਅਸੀਂ ਇਹਦੇ ਗੜੇ ਹੱਥ ਵੀ ਜੋੜੇ, ਇਹਦੇ ਪਿਓ ਨੂੰ ਲਾਮਾ ਵੀ ਦਿੱਤਾ ਮੇਰੇ ਭਰਾ ਨੇ ਘਰ ਜਾ ਕੇ ਵੀ ਭਰਾ ਤੂੰ ਇਹਨੂੰ ਥੋੜ੍ਹਾ ਜਿਹਾ ਸਮਝਾ ਨਾ ਕਰੇ, ਅਸੀਂ ਤੁਹਾਡੇ ਨਾਲ ਕਦੀ ਮਾੜੀ ਨਹੀਂ ਚੰਗੀ ਨਹੀਂ। ਫਿਰ ਵੇਖੋ ਮੈਂ ਇਹਦੇ ਬਾਬੇ ਦੀ ਉਮਰ ਦਾ ਵਾਂ, ਮੇਰੇ ਪੋਤਰੇ ਇਹਦੇ ਜਿਹੜੇ ਮੇਰੇ ਪੋਤਰੇ ਆ, ਅਤੇ ਇਹ ਮੈਨੂੰ ਇੰਨਾ ਗਲਤ ਬੋਲਿਆ। ਇਹ ਵੀਡੀਓ ਤੁਹਾਡੇ ਕੋਲ ਆਡੀਓ ਆਈ ਹੋਣੀ ਆ, ਉਹ ਤੁਸੀਂ ਲਾਓ ਵੇਖੋ ਸੁਣੋ ਵੀ ਇਹ ਸੁਣ ਸਕਦਾ ਬੰਦਾ? ਵੀਡੀਓ ਜਿਹੜੀ ਪਾਉਂਦਾ ਸੀ ਤੁਹਾਡੀ ਆ ਕੋਈ ਸਬੂਤਾਂ ਦੇ ਆਧਾਰ 'ਤੇ ਪਾਉਂਦਾ ਜਾਂ ਨਜਾਇਜ਼ ਵੀਡੀਓ ਪਾਈ ਜਾਂਦੀ? ਨਜਾਇਜ਼ ਹੀ ਪਾਈ ਜਾਂਦਾ, ਕੋਈ ਸਬੂਤ ਨਹੀਂ। ਜਦੋਂ ਸਾਡੀ ਕੋਈ ਗੱਲ ਹੀ ਨਹੀਂ ਗੀ, ਨਾ ਇਹਦੇ ਨਾਲ ਕੋਈ ਲੜਾਈ, ਨਾ ਝਗੜਾ, ਨਾ ਕੋਈ ਬੋਲਣਾ ਬੁਲਾਰਾ ਕਦੀ ਨਹੀਂ ਹੋਇਆ, ਨਾ ਇਹਦੇ ਪਿਓਆਂ, ਨਾ ਇਹਦੇ ਚਾਚਿਆਂ, ਨਾ ਇਹਦੇ ਬਾਬਿਆਂ, ਨਾ ਬਾਬੇ ਦੇ ਭਰਾਵਾਂ ਨਾਲ, ਕੋਈ ਇੱਕ
ਬੰਦਾ ਸਾਨੂੰ ਦੱਸਦੇ ਵੀ ਅਸੀਂ ਕਦੀ ਪਿੰਡ ਦੇ ਵਿੱਚ ਕੋਈ ਖਿਲਾਫ਼ ਕਿਸੇ ਦੇ ਬੋਲਿਆ ਜਾਂ ਸਾਡੀ ਕੋਈ ਦਰਖਾਸਤ ਸਾਡੇ ਖਿਲਾਫ਼ ਆਈ ਆ ਜਾਂ ਅਸੀਂ ਕੋਈ ਕਿਸੇ ਦੇ ਖਿਲਾਫ਼ ਦਿੱਤੀ ਆ, ਕੋਈ ਨਹੀਂ ਅੱਜ ਤੱਕ ਆਈ। ਇਹਨੇ ਵੀਡੀਓ ਕਈ ਵਾਰ ਸਾਡੇ 'ਤੇ ਪਾਈਆਂ ਅਤੇ ਕਈ ਕੁਛ ਕੀਤਾ, ਪਿੱਛੇ 'ਚ ਵੀ ਇਹਨੇ ਅਸ਼ਲੀਲ ਵੀਡੀਓ ਫੋਟੋ ਬਣਾ ਕੇ ਅਤੇ ਉੱਤੇ 'ਤੇ ਲਿਖਾ ਕੇ ਕਿਸੇ ਦੇ ਥਰੂ ਪਵਾਈ ਸੀ ਅਤੇ ਫਿਰ ਡਿਪਟੀ ਸਾਹਿਬ ਨੇ ਸਾਡਾ ਰਾਜ਼ੀਨਾਮਾ ਕਰਾਤਾ। ਅਸੀਂ ਵੀ ਸੋਚਿਆ ਅਸੀਂ ਇਸ ਗੱਲ 'ਚੋਂ ਕੀ ਲੈਣਾ, ਚੰਗੇ ਭਲੇ ਬੰਦੇ ਹਾਂ, ਵੱਸਦੇ ਹਾਂ, ਚੰਗੀ ਭਲੀ ਸਾਡੇ ਕਾਰੋਬਾਰ ਨੇ, ਅਸੀਂ ਇਸ ਗੱਲ 'ਚੋਂ ਨਾ ਇਸ ਗੱਲ 'ਚ ਵੀ ਇਹ ਵਿਹਲਾ ਹੈਗਾ, ਕੋਈ ਕੰਮ ਨਹੀਂ ਹੈਗਾ ਸਵਾਏ ਨੂੰ ਆਡੀਓ ਅਤੇ ਵੀਡੀਓ ਬਣਾਉਣ ਤੋਂ, ਕੋਈ ਕੰਮ ਨਹੀਂ ਹੈਗਾ। ਅੱਜ ਕੀ ਕਾਰਨ ਬਣਦਾ ਤਕਰਾਰ? ਅੱਜ ਕਾਰਨ ਇਹੋ ਹੀ ਬਣਦਾ ਵਾ ਵੀ ਸਾਡੇ ਜਦੋਂ ਅਸੀਂ ਦਰਖਾਸਤ ਦਿੱਤੀ ਇੱਥੇ ਥਾਣਿਆਂ ਵਾਲਿਆਂ ਦਾ ਫਰਜ਼ ਬਣਦਾ ਸੀ ਵੀ ਉਹਨਾਂ ਨੂੰ ਸਵੇਰੇ ਜਾ ਕੇ ਲਿਆਉਂਦੇ ਜਾਂ ਫੋਨ ਕਰਦੇ ਜਾਂ ਇਹਦਾ ਮੈਡਮ ਨੇ ਮੈਡਮ ਕਹਿੰਦੀ ਆ SHO ਸਾਹਿਬ ਵੀ ਅਸੀਂ ਫੋਨ ਕੀਤਾ ਅਤੇ ਸਾਡਾ ਫੋਨ ਨਹੀਂ ਚੁੱਕਿਆ, ਜੇ ਫੋਨ ਨਹੀਂ ਚੁੱਕਿਆ ਤਾਂ ਕਸੂਰ ਸਾਡਾ ਥੋੜ੍ਹੀ ਆ। ਫਿਰ ਇਹ ਇਸੇ ਗੱਲ 'ਤੇ ਫੋਨ ਇਹਨਾਂ ਦਾ ਨਹੀਂ ਚੁੱਕਿਆ ਅਤੇ ਉੱਥੇ ਸਾਡੇ ਘਰਾਂ ਵੱਲ ਕੀ ਲੈਣ ਗਿਆ, ਉੱਥੇ ਘਰ ਜਾ ਕੇ ਉਹਨਾਂ ਨੂੰ ਮੁੰਡਿਆਂ ਨੂੰ ਮਾੜਾ ਚੰਗਾ ਬੋਲਿਆ, ਫਿਰ ਉਹ ਮੁੰਡਾ ਘਰ ਹੀ ਉਹਨਾਂ ਨੇ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੋਇਆ, ਕਿਸੇ ਨੂੰ ਮਾਰਨ ਮਰਾਉਣ ਦੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਨਾ ਸਾਨੂੰ ਕੋਈ ਮਾਰਨ ਦਾ ਚਾਅ ਨਾ ਮਨਸ਼ਾ ਨਾ ਹੀ ਕਦੀ ਇਹੋ ਜਿਹੇ ਬੰਦੇ ਆ ਵੀ ਅੱਗੇ ਵੀ ਅਸੀਂ ਝਗੜਾ ਲੂੰਗਾ ਜਾਂ ਝਗੜਾ ਕਰਦੇ ਰਹੇ ਹਾਂ ਜਾਂ ਕੋਈ ਗੱਲ ਹੈਗੀ। ਜੇ ਮੰਨ ਲਓ ਪੁਲਿਸ ਐਕਸ਼ਨ ਲੈਂਦੀ ਲੱਗਦਾ ਕਿ ਇਹ ਘਟਨਾ ਟੱਪ ਸਕਦੀ ਹੈ, ਜੇ ਪੁਲਿਸ ਟਾਈਮ ਨਾਲ ਐਕਸ਼ਨ ਲੈਂਦੀ ਤਾਂ ਇਹ ਝਗੜਾ ਨਹੀਂ ਹੋਣਾ। ਪਰ ਪਰਿਵਾਰ ਦਾ ਕਹਿਣਾ ਕਿ ਆਪਣੇ ਵੱਲੋਂ ਮੁੰਡੇ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਤਾਂ ਸਾਨੂੰ ਮੁੰਡਾ ਚੁੱਕਣ ਵੀ ਨਹੀਂ ਸੀ ਦਿੰਦੇ, ਔਰ ਮੁਲਾਜ਼ਮਾਂ ਦੇ ਆਉਣ 'ਤੇ ਜਿਹੜਾ ਮੁੰਡੇ ਨੂੰ ਲੈ ਕੇ ਆਏ ਤੁਹਾਡੇ ਘਰ? ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹਨਾਂ ਨੇ ਸਗੋਂ ਸਾਡੇ ਘਰ ਨੂੰ ਜਾ ਕੇ ਘੇਰਾ ਪਾਇਆ, ਸਾਨੂੰ ਖਤਰਾ ਹੋ ਗਿਆ ਵੀ ਇਹਨਾਂ ਨੇ ਸਾਨੂੰ ਮਾਰ ਦੇਣਾ, ਇਹ ਬਾਕੀ ਵੀ ਲੋਕ ਜਿਹੜੇ ਜੇ ਉੱਥੇ ਗਏ ਆ ਇਹਨਾਂ ਨੇ ਸਾਡਾ ਘਰ ਘੇਰਿਆ ਸੀ, ਉਹ ਜੇ ਮੈਂ ਅਸੀਂ ਨਾ ਦੁਬਾਰਾ ਪੁਲਿਸ ਨੂੰ ਨਾ ਘਲਾਉਂਦੇ ਜਾਂ ਨਾ ਦੱਸਦੇ ਤਾਂ ਇਹਨਾਂ ਸਾਡਾ ਬਹੁਤ ਵੱਡਾ ਨੁਕਸਾਨ ਕੋਈ ਕਰ ਦੇਣਾ ਹੈ ਅਤੇ ਬਾਕੀ ਸਾਡਾ ਝਗੜਾ ਝੁਗੜਾ ਉਹਦੇ ਨਾਲ ਕੋਈ ਨਹੀਂ, ਮਾੜਾ ਮੋਟਾ ਮੁੰਡੇ ਮੁੰਡੇ ਆਪਸ ਵਿੱਚ ਲੜਿਆ, ਸਾਨੂੰ ਤਾਂ ਕੋਈ ਪਤਾ ਵੀ ਨਹੀਂ, ਅਸੀਂ ਤਾਂ ਇੱਥੇ ਭੈਣੇ ਬੈਠੇ ਹਾਂ, ਸਾਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਨਸਾਫ਼ ਹੋਣਾ ਚਾਹੀਦਾ, ਬਿਲਕੁਲ ਇਨਸਾਫ਼ ਦੀ ਗੱਲ ਹੋਵੇ, ਸਾਨੂੰ ਇਹੋ ਜਿਹੀ ਨਹੀਂ ਕੋਈ ਵੀ ਗੱਲ ਵੀ ਨਾ ਅਸੀਂ ਝਗੜਾ ਚਾਹੁੰਦੇ ਹਾਂ ਅਤੇ ਨਾ ਅਸੀਂ ਝਗੜਾ ਕਰਦੇ ਹਾਂ, ਜੋ ਇਹਨੇ ਸਾਡੇ ਨਾਲ ਕੀਤਾ ਵਾ, ਜੇ ਇਹ ਸਾਡੀ ਆਡੀਓ ਜਿਹੜੀ ਉਹਨੇ ਹੁਣ ਪਾਈ ਆ ਅਤੇ 2 ਸਾਲ ਪਹਿਲਾਂ ਪਾਉਂਦਾ ਰਿਹਾ, ਇਹ ਕਿਤੇ ਦੂਸਰਾ ਬੰਦਾ ਕੋਈ ਬੰਦਾ ਘਰ 'ਚ ਬਹਿ ਕੇ ਸੁਣ ਲਏ ਅਤੇ ਜੋ ਕਹੋਗੇ ਅਸੀਂ ਜਾਂ ਹਰਜਾਨਾ ਭਰ ਦਾਂਗੇ। ਲੱਗਦਾ ਕਿ ਆਡੀਓ ਕਰਕੇ ਮਾਰਕੁੱਟ ਕੀਤੀ ਗਈ ਜਾਂ ਕੀ? ਆਡੀਓ ਕਰਕੇ ਮਾਰਕੁੱਟ ਨਹੀਂ ਕੀਤੀ ਗਈ, ਇਹਦਾ ਕੰਮ ਹੀ ਇਹੋ ਹੁਣ ਤੋਂ ਲੈ ਕੇ 2 ਸਾਲ ਤੋਂ ਪਹਿਲਾਂ ਤੋਂ ਪਾ ਰਿਹਾ ਸਾਡੇ, ਇੱਕ ਵਾਰ ਨਹੀਂ ਪਾਈ, ਇੱਕ ਵਾਰ ਪਾਈ ਹੋਵੇ ਤਾਂ ਕੋਈ ਗੱਲ ਹੀ ਨਹੀਂ। ਅਸੀਂ ਕਈ ਵਾਰੀ ਇਸ ਗੱਲ ਨੂੰ ਜੇਰਾ ਕੀਤਾ, ਹੌਸਲਾ ਕੀਤਾ, ਬੱਚਿਆਂ ਨੂੰ ਵੀ ਸਮਝਾਇਆ, ਉਹਨਾਂ ਨੂੰ ਵੀ ਆਖਿਆ ਵੀ ਨਾ ਪੁੱਤ ਇਹ ਕੰਮ ਨਾ ਕਰਿਓ, ਸਾਨੂੰ ਲੜਾਈ ਵਾਰਾਂ ਨਹੀਂ ਖਾਂਦੀ, ਨਾ ਇਹ ਕਦੀ ਲੜਿਆ ਅਤੇ ਨਾ ਸਾਡਾ ਇਹੋ ਜਿਹਾ ਕੋਈ ਕੰਮ ਹੀ ਆ, ਅਸੀਂ ਬਿਲਕੁਲ ਨਹੀਂ ਲੜਾਈ ਚਾਹੁੰਦੇ। ਅਤੇ ਫਿਰ ਇਹਨੇ ਜਦੋਂ ਜਾ ਕੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਅਤੇ ਫਿਰ ਉਹ ਬੱਚਿਆਂ ਦੇ ਗੱਲ 'ਚ ਅਤੇ ਅੱਗੇ ਗੁੱਸਾ ਸੀ, ਲੋਕ ਵੀ ਆਉਂਦੇ ਸੀ ਤੁਸੀਂ ਤਾਂ ਜਿਉਂਦੇ ਮਰ ਗਏ ਹੋ, ਤੁਹਾਡੇ ਪਿਓ ਨੂੰ ਆਖਿਆ, ਤੁਹਾਡੇ ਪਿਓ ਨੂੰ ਆਖਿਆ, ਜੋ ਕੁਛ ਮੈਨੂੰ ਆਖਿਆ, ਮੈਂ ਉਹਦੇ ਬਾਬੇ ਦੀ ਉਮਰ ਦਾ ਵਾਂ, ਜੋ ਕੁਛ ਉਹਨੇ ਮੈਨੂੰ ਆਖਿਆ ਨਾ, ਕੋਈ ਬੰਦਾ ਘਰ 'ਚ ਬਹਿ ਕੇ ਜਾਂ ਧੀ ਭੈਣ ਜਾਂ ਦੂਜਾ ਤੀਜਾ ਸੁਣ ਨਹੀਂ ਸਕਦਾ, ਅਸੀਂ ਸਾਰੇ ਇਲਾਕੇ 'ਚ ਜਾਣਾ ਹੁੰਦਾ, ਸਾਰੇ ਘਰਾਂ 'ਚ ਜਾਣਾ ਹੁੰਦਾ, ਜੇ ਸਾਡੀ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਜਾਂ ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਤਾਂ ਸਾਡੇ ਤਾਂ ਲੋਕ ਘਰ ਹੀ ਨਾ ਵੜਨ ਦੇਣਗੇ, ਜਿਹੜਾ ਜਿਹੋ ਜਿਹਾ ਉਹ ਇਹਨੇ ਬੋਲਿਆ ਜਾਂ ਕੋਈ ਉਹਦੀ ਕੋਈ ਗੱਲ ਹੋਵੇ ਕੁਛ ਹੋਵੇ ਤਾਂ ਉਹ ਦੱਸੇ, ਉਹਦੇ ਤੋਂ ਬਾਅਦ ਵੀ ਮੈਂ ਇਹਨਾਂ ਨੂੰ ਪਹਿਲਾਂ ਦੱਸ ਕੇ ਗਿਆ ਵੀ ਇਹਨੂੰ ਸਮਝਾ ਲਓ ਵੀ ਇਸ ਤਰ੍ਹਾਂ ਕਰਨ ਰਿਹਾ ਜੀ, ਮੈਂ ਬੜਾ ਯਤਨ ਕੀਤਾ ਵੀ ਲੜਾਈ ਸਾਡੀ ਨਾ ਹੋਵੇ, ਫਿਰ ਵੀ ਇਹਨੇ ਜਾ ਕੇ ਘਰ ਲੜਾਈ ਉਹਨਾਂ ਨੇ ਮੁੱਲ ਲਈ ਆ ਅਤੇ ਉਹਨਾਂ ਨਾਲ ਚਲੋ ਮਾਰਕੁੱਟ ਉੱਧਰ ਉੱਧਰ ਹੀ ਹੋਈ ਆ, ਸਾਨੂੰ ਨਹੀਂ ਪਤਾ ਉਹਨਾਂ ਦੇ ਕਿੰਨੀਆਂ ਸੱਟਾਂ ਲੱਗੀਆਂ, ਉਹਨਾਂ ਨੇ ਕਿੰਨੀਆਂ ਲੱਗੀਆਂ ਨੇ ਅਤੇ ਉਹ ਵੀ ਦਾਖਲ ਹੋਏ ਆ, ਅਤੇ ਇਹ ਵੀ ਆ ਹੁਣ ਪਤਾ ਨਹੀਂ, ਅਜੇ ਅਸੀਂ ਕਿਸੇ ਵੱਲ ਗਏ ਨਹੀਂ, ਅਜੇ ਤਾਂ ਸਾਡੇ ਇੱਥੇ ਹੀ ਨਹੀਂ ਸਾਡੀ ਖਲਾਸੀ ਹੋਣ ਦੀ,
ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਅਤੇ ਹਰ ਇੱਕ ਨਾਲ ਗੱਲਬਾਤ ਕਰਦੇ ਹਾਂ। ਬਾਕੀ ਪਾਰਟੀ ਬਾਜੀ ਵਾਲੀ ਸਾਡੀ ਕੋਈ ਗੱਲ ਨਹੀਂ ਗੀ, ਨਾ ਸਾਡੀ ਕੋਈ ਪਾਰਟੀ ਪਾਰਟੀ 'ਚ ਜੇ ਹੋਊਗਾ ਤਾਂ ਇਹਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਇਹ ਆਪਣਾ ਕਰੇ ਅਸੀਂ ਆਪਣਾ ਕਰਨ ਰਹੇ ਹਾਂ, ਜਾਂ ਤਾਂ ਹੋਏ ਅਸੀਂ ਇਹਨੂੰ ਆਉਂਦੇ ਹੋਈਏ ਵੀ ਆਹ ਨਾ ਕਰ ਆਹ ਕਰ, ਫਿਰ ਤਾਂ ਗੱਲ ਹੋਈ। ਜਦੋਂ ਅਸੀਂ ਆਉਂਦੇ ਹੀ ਕੁਛ ਨਹੀਂ, ਅਸੀਂ ਆਉਂਦੇ ਹਾਂ ਵੀ ਇਹ ਆਪਣਾ ਕੰਮ ਕਰੇ ਪਾਰਟੀ 'ਚ, ਜੇ ਸਾਡੀ ਪਾਰਟੀ 'ਚ, ਸਾਡੀ ਪਾਰਟੀ 'ਚ ਹੈ ਨਹੀਂ ਗਾ। ਇਹਨੇ ਹੀਰਾ ਵਾਲੀਆ ਜਿਹੜਾ ਬਟਾਲੇ ਵਾਲਾ ਪ੍ਰਧਾਨ ਆ ਅਤੇ BJP ਦਾ, ਉਹਨੂੰ ਸੱਦ ਕੇ ਸਰੋਪਾ ਉਹਦੇ ਗੱਲ 'ਚ ਪਾ ਕੇ ਉਹਦੇ ਨਾਲ ਫੋਟੋ ਇਹਨੇ ਲਵਾਈ ਹੈ, ਉਹ ਫੋਟੋ ਵੀ ਤੁਹਾਨੂੰ ਮੈਂ ਦੇ ਦਿੱਤੀ ਹੈ। ਅਤੇ ਮੇਰਾ ਮਤਲਬ ਕਹਿਣ ਦਾ ਵੀ ਇਹਦਾ ਤਾਂ ਕੋਈ ਇਤਬਾਰ ਹੀ ਨਹੀਂ ਗਾ, ਪਤਾ ਹੀ ਨਹੀਂ ਗਾ ਕਿੰਨਿਆਂ ਗੁਰਦੁਆਰਿਆਂ 'ਚ ਗਿਆ। ਸਾਨੂੰ ਇੱਕ ਕੰਪਲੇਂਟ ਆਈ ਸੀ ਅਜੈਬ ਸਿੰਘ ਵੱਲੋਂ ਕਿ ਉਹਦੀ ਬੇਟੀ ਗੁਰਮੀਤ ਸਿੰਘ ਨੂੰ ਕੁਛ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਅਤੇ ਉਹਨਾਂ ਵੱਲੋਂ ਸ਼ਾਇਦ ਕੁੱਟਮਾਰ ਕੀਤੀ ਜਾ ਰਹੀ ਹੈ, ਤਾਂ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਹੋਏ ਪੁਲਿਸ ਪਾਰਟੀ ਦੇ ਨਾਲ ਮੌਕੇ 'ਤੇ ਪੁੱਜੇ ਹਾਂ ਅਤੇ ਉੱਥੇ ਜਾ ਕੇ ਅਸੀਂ ਜਿਹੜਾ ਲੜਕਾ ਹੈ ਗੁਰਮੀਤ ਸਿੰਘ ਇਹਨੂੰ ਰਿਕਵਰ ਕੀਤਾ ਅਤੇ ਇਹਨੂੰ ਇਮੀਡੀਏਟਲੀ ਅਸੀਂ ਹੋਸਪਿਟਲ CHC ਬੈਨੀਮੀਆ ਖਾਂ ਐਡਮਿਟ ਕਰਵਾਇਆ। ਪੱਟੀ ਜਿਹੜੀ ਹੈਗੀ ਹੈ ਜਿਸ ਤੱਕ ਸਾਨੂੰ MLR ਨਹੀਂ ਰਿਸੀਵ ਹੋਈ ਹੈ ਤਾਂ ਡਾਕਟਰ ਦੀ ਰਿਪੋਰਟ ਦੇਖ ਕੇ ਫਿਰ ਹੀ ਦੱਸਿਆ ਜਾਏ। ਸਾਡੇ ਕੋਲ ਹਜੇ ਕੰਪਲੇਂਟ ਜਿਹੜੀ ਦੋਸ਼ੀ ਹੈਗਾ ਆ ਉਹਦੇ ਖਿਲਾਫ਼ ਕੋਈ ਕੰਪਲੇਂਟ ਜਿਹੜੀ ਹੈਗੀ ਆ ਨਹੀਂ ਆਈ ਹੋਈ ਕੰਪਲੇਨੈਂਟ ਪਾਰਟੀ ਵੱਲੋਂ, ਸਟੇਟਮੈਂਟ ਰਿਕਾਰਡ ਕਰਨੀ ਬਾਕੀ ਹੈ ਅਤੇ ਜੋ ਬਣਦੀ ਕਾਰਵਾਈ ਹੈ ਉਹਨਾਂ ਵਿੱਚ ਲੈਂਦੀ ਹੈ। ਇਹ ਹਜੇ ਕੰਪਲੇਂਟ ਆਏਗੀ ਤਾਂ ਉਹਦੇ ਵਿੱਚ ਅਸੀਂ ਦੱਸਾਂਗੇ, ਕੁਛ ਮੌਕੇ 'ਤੇ ਸਾਨੂੰ ਕੋਈ ਨਹੀਂ ਮਿਲਿਆ।